ਇਨ ਮਾਈ ਕਿਚਨ, ਕਿਚਨ ਜਿਹੜੀ ਮੇਰੀ ਬਾਹਰ ਹੈ, ਇਹ ਮੇਰੀ ਬਾਲਕਨੀ ਦਿਖਾਓ ਜੀ, ਬਾਲਕਨੀ ਉੱਥੋਂ ਤੱਕ ਦਿਖਾਓ, ਇਹ ਬਾਲਕਨੀ ਜਿਹੜੀ ਹੈ ਇਹ ਇੱਥੇ ਮੇਰੀ ਕਿਚਨ ਵੀ ਹੈ, ਇੱਥੇ ਮੇਰੀ ਐਕਸਰਸਾਈਜ਼ ਵੀ ਹੈ, ਇੱਥੇ ਮੇਰਾ ਮੋਰਨਿੰਗ ਸ਼ੋ ਵੀ ਹੈ। ਲੇਕਿਨ ਅੱਜ ਮੈਂ ਕੀ ਸ਼ੋ ਕਰਨਾ, ਰੋਟੀ ਪਕਾਉਣ ਲੱਗੀ ਸਾਂ ਮੈਂ ਨਾ, ਮੱਠੀਆਂ ਬਣਾਉਣੀਆਂ ਸੀਗੀਆਂ। ਜਦੋਂ ਮੈਂ ਮੱਠੀਆਂ ਬਣਾਉਣ ਵਾਸਤੇ ਕੱਢਿਆ ਭਾਂਡਾ ਤੇ ਇਹੋ ਜਿਹਾ, ਤੇ ਮੈਨੂੰ ਚੜ ਗਿਆ ਵੱਟ। ਪਹਿਲਾਂ ਤਾਂ ਮੈਂ ਵੱਟ ਕੇ ਕੁੜੀ ਨੂੰ ਆਵਾਜ਼ ਮਾਰੀ, ਮੈਂ ਕਿਹਾ ਕਿੱਧਰ ਹੈ ਤੂੰ, ਆ ਗਈ। ਮੈਂ ਕਿਹਾ ਇਹ ਕੀ ਹੈ, ਐਕਚੁਲੀ ਜਿਹੜੀ ਕੁੜੀ ਮੇਰੇ ਕੋਲ ਅਸਲੀ ਹੈ ਉਹ ਗਈ ਹੋਈ ਹੈ, ਤੇ ਇਸ ਕਰਕੇ ਪਿੱਛੋਂ ਭਾਂਡਿਆਂ ਦਾ ਕਰ ਦਿੱਤਾ ਇਹਨਾਂ ਨੇ ਇਹ ਹਾਲ। ਤੇ ਮੈਨੂੰ ਫਿਰ ਹੋਇਆ ਵੀ ਮੈਂ ਇਹਨੂੰ ਸਾਫ਼ ਕਰਾਉਣਾ। ਮੈਂ ਅੱਜ ਫਿਰ ਤੁਹਾਡੇ ਨਾਲ ਸ਼ੇਅਰ ਕਰ ਲੈਂਦੀ ਹਾਂ ਵੀ ਇਹ ਜਿਹੜੇ ਕਾਲੇ ਭਾਂਡੇ ਨੇ ਇਹੋ ਜਿਹੇ, ਇਹਨਾਂ ਨੂੰ ਪਹਿਲਾਂ ਤੇ ਸੋਹਾਂ ਨਾਲ ਮਾਂਜਦੇ ਸੀ, ਵਿਮ ਪਾਊਡਰ ਲੈਂਦੇ ਸੀ, ਰੋਲ 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 ਕੇ ਐਂ ਚਿੱਟੀ ਕਰ ਦਿੰਦੇ ਸੀ। ਹੁਣ ਅੱਜ ਕੱਲ੍ਹ ਜ਼ਮਾਨਾ ਨਾ ਸਵਾਹ ਦਾ ਤਾਂ ਨਾ ਕਿਸੇ ਹੋਰ ਦਾ, ਅਤੇ ਜੇਕਰ ਇੱਦਾਂ ਭਾਂਡਾ ਹੋ ਹੀ ਜਾਵੇ ਕਾਲਾ ਤਾਂ ਫਿਰ ਇੱਕ ਚਮਚ ਇਹ ਮਿੱਠਾ ਸੋਡਾ ਮੈਂ ਲੈ ਲਿਆ ਜੀ, ਠੀਕ ਹੈ। ਇੱਕ ਚਮਚ ਮਿੱਠਾ ਸੋਡਾ ਲੈ ਕੇ ਅਤੇ ਇਹਦੇ ਵਿੱਚ ਮੈਂ ਕਰਦੀ ਹਾਂ ਮਿਸ ਵਾਕ ਹੈ, ਅਤੇ ਇਹਦੇ 'ਚ ਪੈਂਦਾ ਕੋਲਗੇਟ। ਮੈਂ ਫਿਰ ਕਿਹਾ ਹੁਣ ਕੋਲਗੇਟ ਹੀ ਪਾ ਲੈਂਦੇ ਹਾਂ, ਕਿਉਂ ਅਸੀਂ ਉਹ ਪਾਉਣਾ ਮਿਸ ਵਾਕ ਜਿਹੜਾ ਵੇ। ਇਹ ਲੈ ਕੇ ਨਾ ਇੱਕ ਚਮਚਾ ਉਹ ਪਾਇਆ ਅਤੇ ਓਏ ਮੇਰਾ ਰੱਬਾ, ਖੋਲ੍ਹਣ ਲੱਗਿਆ ਵੀ ਜਾਨ ਨਿਕਲ ਜਾਂਦੀ ਹੈ। ਇੱਕ ਚਮਚ ਹੀ ਅਸੀਂ ਇਹ ਜਿਹੜਾ ਹੈਗਾ ਤੁਹਾਡਾ ਕੋਲਗੇਟ ਜਿਹਨੂੰ ਕਹਿੰਦੇ ਹੋ ਉਹ ਪਾ ਲੈਣਾ, ਠੀਕ ਹੈ। ਮੈਨੂੰ ਬੜੀ ਵਾਰੀ ਪੁੱਛਦੇ ਨੇ ਤੁਹਾਡੀ ਕੜਾਹੀਆਂ ਕਿਵੇਂ ਸਾਫ਼ ਨੇ, ਤੁਹਾਡੇ ਪਤੀਲੇ ਕਿਵੇਂ ਸਾਫ਼ ਨੇ, ਵੈਸੇ ਇਹਨਾਂ ਰੋਜ਼ ਕਰੋ ਤੇ ਹੋ ਜਾਂਦੇ ਨੇ। ਪਰ ਜੇਕਰ ਇੱਦਾਂ ਹੋ ਹੀ ਜਾਣ ਤਾਂ ਇਹਦੇ ਵਿੱਚ ਫਿਰ ਇੱਕ ਅਸੀਂ ਇਹ ਹੈਗਾ ਜੇ ਵਿਮ ਲਿਕੁਡ ਹੈ ਨਾ, ਇਹ ਚਮਚ ਇੱਕ ਵਿਮ ਲਿਕੁਡ ਦਾ ਪਾ ਲੈਣਾ, ਠੀਕ ਹੈ। ਹੁਣ ਇਹਨੂੰ ਨਾ ਅੱਛੀ ਤਰ੍ਹਾਂ ਨਾਲ ਮਿਕਸਿੰਗ ਕਰਨੀ ਹੈ ਜੀ। ਦੇਖੋ ਮਿਕਸਿੰਗ ਜਿਹੜੀ ਹੈ ਉਹ ਕਰ ਲੈਣੀ ਹੈ ਤਿੰਨਾਂ ਚੀਜ਼ਾਂ ਨੂੰ ਪਾ ਕੇ, ਠੀਕ ਹੈ ਜੀ। ਪਤਾ ਨਹੀਂ ਹੁਣ ਵਰਕ ਕਰੇਗਾ ਕਿ ਨਹੀਂ ਕਰੇਗਾ। ਅਸੀਂ ਤਾਂ ਪਹਿਲਾਂ ਇਮਲੀ ਨਾਲ ਵੀ ਮਾਂਜ ਲੈਂਦੇ ਸੀ, ਕਈ ਵਾਰੀ ਮੈਂ ਮਿੱਠਾ ਸੋਡਾ ਨਮਕ ਜਿਹੜਾ ਸੜ ਸੁੜ ਜਾਏ ਪਤੀਲਾ ਪਤੁਲਾ ਤੇ ਪਾ ਵੀ ਲੈਂਦੀ ਹੁੰਦੀ ਹਾਂ। ਅਤੇ ਫਿਰ ਇਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਪਾਵਾਂਗੇ ਇਹ ਕੋਕਾ ਕੋਲਾ। ਕੋਕਾ ਕੋਲਾ ਨਾਲ ਜਿੰਨੀ ਸਫਾਈ ਹੁੰਦੀ ਜੇ ਨਾ, ਉਹ ਕਿਸੇ ਚੀਜ਼ ਨਾਲ ਨਹੀਂ ਹੁੰਦੀ, ਤੁਹਾਨੂੰ ਦੱਸਾਂ। ਇਹਦੇ ਵਿੱਚ ਦੋ ਚਮਚ ਕੋਕਾ ਕੋਲਾ ਦੇ ਵੀ ਪਾ ਕੇ ਅਤੇ ਇਹਨੂੰ ਬੰਦ ਕਰ ਦੇਣਾ ਚੰਗੀ ਤਰ੍ਹਾਂ ਨਾਲ, ਅਤੇ ਇਹਨੂੰ ਰੱਖੋ ਇੱਧਰ ਅਤੇ ਇਹਨੂੰ ਹਿਲਾ ਲਓ ਮਿਕਸਿੰਗ ਅਗੇਨ। ਚੱਲ ਬਈ ਉਹ ਥੱਲੇ ਚੱਲ, ਐ ਸ਼ਾਬਾਸ਼। ਅਤੇ ਇਹਨੂੰ ਅੱਛੀ ਤਰ੍ਹਾਂ ਨਾਲ ਹੁਣ ਮਿਕਸਿੰਗ ਕਰਨੀ ਹੈ। ਮਿੱਠੇ ਸੋਡੇ ਨੇ ਆਪਣਾ ਰੰਗ ਦਿਖਾਉਣਾ ਵੇ, ਸ਼ੈਂਪੂ ਨੇ ਮਤਲਬ ਸ਼ੈਂਪੂ ਨਹੀਂ ਵਿਮ, ਇਹ ਜਿਹੜਾ ਇਹਨੇ ਆਪਣਾ ਰੰਗ ਦਿਖਾਉਣਾ ਵੇ। ਮੈਂ ਕਿਹਾ ਅੱਜ ਰੋਟੀ ਪਕਾਉਣ ਤੋਂ ਪਹਿਲਾਂ ਇਹੀ ਕਿਉਂ ਨਾ ਕੰਮ ਜਿਹੜਾ ਵੇ ਕੀਤਾ ਜਾਵੇ। ਹੁਣ ਇਹਨੂੰ ਰੱਖੋ ਇੱਥੇ ਅਤੇ ਇਹ ਲਵੋ ਇਹ ਬ੍ਰੱਸ਼ ਜਿਹੜੇ ਨੇ, ਇਹ ਮੇਰੇ ਕੋਲ ਵਰਤਿਆ ਹੋਇਆ ਹੀ ਸੀ। ਵੈਸੇ ਮੈਂ ਇਹਦੀ ਜਗ੍ਹਾ ਦੀ ਹਾਰਡ ਲਵਾਂ ਨਾ, ਅਤੇ ਹਾਰਡ ਮੇਰੇ ਕੋਲ ਹੈ ਨਹੀਂ ਸੀ ਅੱਜ, ਜਿਹੜੀ ਉਹ ਆਉਂਦੀ ਹੈ ਇਹਦੀ ਸਕੋਚ ਬ੍ਰਾਈਟ ਆਉਂਦਾ ਵੇ, ਇਹਨੂੰ ਜਿਹੜਾ ਇਹਦੇ ਨਾਲ ਅਸੀਂ ਇੱਦਾਂ ਰਗੜ ਲੈਣਾ। ਇਹ ਨਾ ਸਾਫ਼ ਹੋਣਾ ਸ਼ੁਰੂ ਹੋ ਗਿਆ ਜੇ, ਇਹਨੂੰ ਅੱਛੀ ਤਰ੍ਹਾਂ ਨਾਲ ਬਸ ਇਹਦੇ ਨਾਲ ਰਗੜ ਲੈਣਾ। ਮੈਨੂੰ ਲੱਗਦਾ ਵੀ ਇਹ ਤਰੀਕਾ ਜਿਹੜਾ ਕਾਮਯਾਬ ਹੋ ਰਿਹਾ।
ਲੋ ਜੀ ਅੰਦਰੋਂ ਤੇ ਹੋ ਗਿਆ ਜੀ ਬਿਲਕੁਲ ਅੱਛੇ ਵਾਲਾ, ਬਹੁਤ ਕਾਲਾ ਸੀਗਾ ਔਰ ਇਹ ਜੀ ਹੁਣ ਅੰਦਰੋਂ ਤੇ ਹੋ ਗਿਆ ਤੇ ਬਾਹਰੋਂ ਜਿਹੜਾ ਵੇ ਉਹ ਕਾਫੀ ਹੋਇਆ, ਲੇਕਿਨ ਇਸ ਨੂੰ ਜੇਕਰ ਪੂਰੀ ਤਰ੍ਹਾਂ ਕਰਨਾ ਹੋਵੇ ਤਾਂ ਇਸ ਚੀਜ਼ ਨੂੰ ਲਗਾ ਕੇ ਤੇ ਏਦਾਂ ਕਰਕੇ ਛੋੜ ਦਿਓ ਥੋੜੀ ਦੇਰ ਵਾਸਤੇ, ਤਾਂ ਫਿਰ ਇਹ ਉਗਲ ਜਾਂਦੀ ਹੈ ਜਿਹਨੂੰ ਕਹਿੰਦੇ ਆ ਮੈਲ। ਦਿਖਾਓ ਇਹ ਦੇਖੋ ਜੀ, ਇਹ ਹੁਣ ਅਸੀਂ ਇਹਨੂੰ ਧੋਤਾ, ਪਹਿਲਾਂ ਇਹ ਕਿਹੋ ਜਿਹਾ ਸੀ ਕਾਲਾ ਸ਼ਾਹ, ਤੇ ਇਹ ਵੇਖੋ ਸਾਡੀ ਤੇ ਮਾਂ ਜਰਾ ਕਾਲਾ ਰਹਿ ਜਾਵੇ ਨਾ ਤੇ ਡਾਂਟ ਪੈਂਦੀ ਸੀ, ਕਹਿੰਦੀ ਸੀ ਦੱਸੋ ਹੱਥ ਬੜਾ ਸੋਹਣਾ ਇੱਕ ਵਰਡ ਬੋਲਦੀ ਸੀ, ਟੁੱਟੇ ਹੱਥਾਂ ਨਾਲ ਕੰਮ ਕਰਦੀ। ਇਹ ਜੀ ਅਜੇ ਵੀ ਇੱਥੋਂ ਕੁਛ ਸਾਫ਼ ਹੋਇਆ ਤੇ ਕੁਛ ਅਜੇ ਵੀ ਹੋਣ ਵਾਲਾ, ਇਹਨੂੰ ਹੁਣ ਲਗਾ ਕੇ ਤੇ ਥੋੜੀ ਦੇਰ ਰੱਖ ਦਿਆਂਗੀ ਤੇ ਅੰਦਰੋਂ ਜਿੱਥੋਂ ਮੈਂ ਆਪਣਾ ਘੀ ਪਾਉਣਾ ਜਿੱਥੇ ਮੈਂ ਫਰਾਈ ਕਰਨਾ ਉਹ ਜਿਹੜਾ ਉਹ ਬਿਲਕੁਲ ਕਲੀਨ ਹੋ ਗਿਆ। ਦੇਖੋ ਸਾਫ਼ ਪਾਣੀ 'ਚ ਧੋਵਾਂਗੀ ਤੇ ਇਹ ਲਿਸ਼ਕ ਗਿਆ ਪੂਰੇ ਦਾ ਪੂਰਾ। ਇਹ ਹੈ ਤੁਹਾਡੇ ਵੀ ਕੰਮ ਆਏਗਾ, ਜਿੱਡ ਜੰਮੀ ਹੋਵੇ ਭਾਂਡਿਆਂ ਦੇ ਵਿੱਚ ਸੜੇ ਹੋਣ ਭਾਂਡੇ ਉਹਦੇ ਵਿੱਚ ਪਾ ਕੇ ਥੋੜੀ ਦੇਰ ਲਈ ਰੱਖ ਦਿਓ ਸੇਮ ਹੈਕ ਨਾਲ ਤੇ ਬਰਤਨ ਚਮਕ ਜਾਣਗੇ, ਬਿਲਕੁਲ ਲਿਸ਼ਕ ਜਾਣਗੇ। ਏਦਾਂ ਇਹ ਮੈਂ ਰੱਖਾਂਗੀ ਤੇ ਕੱਲ ਜਦੋਂ ਬਣਾਵਾਂਗੀ ਨਾ ਕੁਛ ਤੇ ਫਿਰ ਤੁਹਾਨੂੰ ਦਿਖਾਵਾਂਗੀ ਵੀ ਇਹ ਬਾਹਰੋਂ ਵੀ ਕਿੰਨਾ ਸਾਫ਼ ਹੋਇਆ। ਇੱਥੋਂ ਰਹਿ ਗਿਆ, ਇੱਥੋਂ ਮੈਂ ਕਰਤਾ ਤੇ ਅਸੀਂ ਸ਼ੁਕਰੀਆ ਮਿਹਰਬਾਨੀ ਵੇਖਣ ਲਈ, ਤੁਸੀਂ ਵੀ ਕਰ ਸਕਦੇ ਹੋ ਆਪਣੇ ਭਾਂਡੇ ਇਸ ਹੈਕ ਨਾਲ ਸਾਫ਼।